ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਦੇਖਿਓ, ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਸਾ ਦੋ ਰੰਗਾਂ ਦਾ ਡਿਜ਼ਾਇਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਹਰ ਪ੍ਰੋਜੈਕਟ 'ਤੇ ਅਪਲਾਈ ਕਰ ਸਕਦੇ ਹੋ, ਲੇਡੀਜ਼, ਜੈਂਟਸ ਔਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ 'ਤੇ। ਚਲੀਏ, ਬਣਾਉਣਾ ਸਟਾਰਟ ਕਰਦੇ ਹਾਂ। ਦੇਖੀਏ, ਡਿਜ਼ਾਇਨ ਨੂੰ ਬਣਾਉਣ ਲਈ ਸਾਨੂੰ 2 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ, ਮੀਨਜ 2-2 ਫੰਦਿਆਂ ਦਾ ਜੋੜ। 2+2+2+2, ਇਸ ਤਰ੍ਹਾਂ ਅਸੀਂ 2-2 ਫੰਦੇ ਲੈ ਕੇ ਲਾਸਟ 'ਤੇ ਇੱਕ ਫੰਦਾ ਐਕਸਟਰਾ ਰੱਖਾਂਗੇ ਤਾਂ ਪੈਟਰਨ ਸੈੱਟ ਆਏਗਾ। ਸਿਰਫ ਇੱਕ ਫੰਦੇ ਦੀ ਡਿਜ਼ਾਇਨ ਹੈ ਜੀ। ਦੇਖੀਏ, ਬਾਰਡਰ ਤੋਂ ਬਾਅਦ ਸਿੱਧੀ ਸਾਈਡ ਤੋਂ ਅਸੀਂ ਆਪਣਾ ਪੈਟਰਨ ਸਟਾਰਟ ਕਰਾਂਗੇ। ਪਹਿਲੀ ਸਾਡੀ ਬੇਸ ਕਰੋ ਸਾਡੇ ਬੇਸ ਕਲਰ ਨਾਲ ਹੀ ਜਾਏਗੀ ਜੀ। ਅਗਰ ਤੁਸੀਂ ਕੋਈ ਵੀ ਫੰਦਾ ਵਧਾਉਣਾ ਘਟਾਉਣਾ ਤਾਂ ਇਹ ਸਿਲਾਈ ਵਿੱਚ ਕਰ ਸਕਦੇ ਹੋ। ਦੇਖੀਏ ਫਰੈਂਡ, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਦੇਖੀਏ, ਮੈਂ ਫਸਟ ਇਹ ਬੇਸ ਕਰੋ ਪਾ ਲਈ ਹੈ। ਹੁਣ ਅਸੀਂ ਬੈਕ ਸਾਈਡ ਆ ਗਏ ਜੀ। ਬੈਕ ਸਾਈਡ ਤੋਂ ਤੁਸੀਂ ਜੋ ਵੀ ਕਲਰ ਲਗਾਉਣਾ ਚਾਹੁੰਦੇ ਹੋ, ਬੈਕ ਸਾਈਡ ਤੋਂ ਹੀ ਅਟੈਚ ਹੋਏਗਾ ਸਾਡਾ ਕਲਰ ਹਰ ਵਾਰ। ਮੈਂ ਸੈਕਿੰਡ ਕਲਰ ਲੈ ਲਿਆ। ਬੈਕ ਸਾਈਡ ਤੋਂ ਅਸੀਂ ਪੂਰੀ ਰੋ ਇਸ ਤਰ੍ਹਾਂ ਉਲਟੀ ਉਲਟੀ ਬੁਣਾਂਗੇ ਜੀ, ਉਲਟੀ ਫੰਦਿਆਂ ਨਾਲ। ਦੇਖੀ, ਪਹਿਲੀ ਸਿਲਾਈ ਡਿਜ਼ਾਇਨ ਦੀ ਅਸੀਂ ਪਾ ਲਈਏ। ਹੁਣ ਅਸੀਂ ਰਾਈਟ ਸਾਈਡ ਆ ਗਏ ਡਿਜ਼ਾਇਨ ਦੀ। ਸੈਕਿੰਡ ਰੋ 'ਤੇ ਇਹਨਾਂ ਦੇਖਣਾ ਜੀ, ਪਹਿਲਾ ਫੰਦਾ ਸਿੱਧਾ ਬੁਣਿਆ। ਤੁਸੀਂ ਇਹਨੂੰ ਉਤਾਰਨਾ ਚਾਹੁੰਦੇ ਹੋ ਉਤਾਰੋ, ਬਣਾਉਣਾ ਚਾਹੁੰਦੇ ਹੋ ਬਣਾਓ, ਤੁਹਾਡੀ ਮਰਜ਼ੀ ਹੈ। ਹੁਣ ਅਸੀਂ ਕੀ ਕਰਨਾ, ਦੇਖੀਏ, ਇੱਕ ਫੰਦਾ ਇਸ 'ਤੇ ਅਸੀਂ ਅੱਗੋਂ ਦੀ ਇਸ ਤਰ੍ਹਾਂ ਲੂਪ ਲੈਣਾ, ਇਸ ਤਰ੍ਹਾਂ ਇੱਕ ਲੂਪ ਲਿਆ, ਫਿਰ ਅਸੀਂ ਇਸ ਤਰ੍ਹਾਂ ਇੱਕ ਜਾਲੀ ਬਣਾਈ, ਫਿਰ ਇਹ ਫੰਦੇ ਨੂੰ ਸਿੱਧਾ ਬੁਣਿਆ। ਇੱਕ ਫੰਦੇ ਤੋਂ ਅਸੀਂ ਇਹ 3 ਫੰਦੇ ਬਣਾ ਲਏ ਨੇ, ਨਾਲ ਵਾਲਾ ਫੰਦਾ ਅਸੀਂ ਉਲਟਾ ਬੁਣਾਂਗੇ। ਦੇਖੀਏ, ਇਹੀ 2 ਫੰਦੇ ਅਸੀਂ ਪੂਰੀ ਰੋ ਵਿੱਚ ਰਿਪੀਟ ਕਰਦੇ ਜਾਣਾ, 1-3, 1 ਫੰਦਾ ਉਲਟਾ। ਫਿਰ ਤੋਂ ਅੱਗੋਂ ਦੀ ਅਸੀਂ ਇਸ ਤਰ੍ਹਾਂ ਸਿਲਾਈ ਪਾਈ, ਇੱਕ ਇਸ ਤਰ੍ਹਾਂ ਲੂਜ਼ ਲੂਪ ਲਿਆ, ਜਾਲੀ ਬਣਾਈ, ਫਿਰ ਇਹ ਫੰਦੇ ਨੂੰ ਸਿੱਧਾ ਬੁਣਿਆ, ਅਗੇਨ 1 ਫੰਦਾ ਉਲਟਾ। ਸਾਡੇ ਜਿੰਨੇ ਵੀ ਫੰਦੇ ਹੋਣਗੇ ਇਸ ਰੋ ਵਿੱਚ ਅਸੀਂ ਇਸ ਤਰ੍ਹਾਂ ਕੰਪਲੀਟ ਕਰਨੇ ਨੇ ਜੀ। 1 ਫੰਦੇ ਤੋਂ ਅਸੀਂ 3 ਫੰਦੇ ਬਣਾਉਣੇ ਨੇ, 1 ਫੰਦਾ ਅਸੀਂ ਉਲਟਾ ਬੁਣਾਂਗੇ। ਸਿਰਫ ਸਿੱਧੇ ਉਲਟੇ ਫੰਦਿਆਂ ਦੀ ਡਿਜ਼ਾਇਨ ਨੇ ਫਰੈਂਡਸ, ਔਰ ਸਿੱਧੀਆਂ ਉਲਟੀਆਂ ਸਿਲਾਈਆਂ ਨਾਲ ਹੀ ਬਣੇਗਾ, ਬਣ ਕੇ ਇੱਕਦਮ ਰੇਡੀਮੇਡ ਲੁੱਕ ਦਿੰਦਾ। ਲਾਸਟ ਦਾ ਫੰਦਾ ਉਲਟਾ। ਪਹਿਲੀ ਸਿਲਾਈ ਅਸੀਂ ਇਸ ਤਰ੍ਹਾਂ ਕੰਪਲੀਟ ਕਰ ਲਈਏ। ਹੁਣ ਅਸੀਂ ਬੈਕ ਸਾਈਡ ਆ ਗਏ ਜੀ ਡਿਜ਼ਾਇਨ ਦੀ, ਸੈਕਿੰਡ ਰੋ 'ਤੇ ਇਹਨਾਂ ਦੇਖਣਾ, ਜੋ ਫੰਦਾ ਇਸ ਸਾਈਡ ਤੋਂ ਅਸੀਂ ਉਲਟਾ ਬੁਣਿਆ, ਇਸ ਸਾਈਡ ਤੋਂ ਸਾਡਾ ਫੰਦਾ ਸਿੱਧਾ ਜਾਏਗਾ, 1 ਫੰਦਾ ਸਿੱਧਾ ਬੂਲ ਨੂੰ ਆਪਣੇ ਵੱਲ ਲੈ ਕੇ। ਦੇਖੀਏ, ਹੁਣ ਅਸੀਂ 1 ਫੰਦੇ ਤੋਂ 3 ਫੰਦੇ ਬਣਾਏ ਸੀ ਜੋ, ਹੁਣ ਅਸੀਂ ਕੀ ਕਰਨਾ, ਇਹ 3 ਫੰਦਿਆਂ ਨੂੰ ਇੱਕ ਵਾਰ ਇਸ ਤਰ੍ਹਾਂ ਉਲਟਾ ਬਣਾ ਲੈਣਾ। ਇਸ ਤਰ੍ਹਾਂ ਹੀ 1 ਫੰਦਾ ਸਾਡਾ ਸਿੱਧਾ ਆਏਗਾ, ਫਿਰ ਤੋਂ 3 ਫੰਦਿਆਂ ਦਾ 1 ਫੰਦਾ ਬਣਾ ਲੈਣਾ। ਦੇਖੀਏ, ਇਹੀ 2 ਫੰਦੇ ਸਾਡੀ ਪੂਰੀ ਰੋ ਵਿੱਚ ਰਿਪੀਟ ਹੁੰਦੇ ਜਾਣਗੇ, 1 ਸਿੱਧਾ 3-1, 1 ਸਿੱਧਾ 3-1, 1 ਫੰਦਾ ਸਿੱਧਾ ਬੁਣਿਆ, ਇਹ 3 ਫੰਦੇ, 3 ਤੋਂ ਅਸੀਂ 1 ਫੰਦਾ ਬਣਾਇਆ, ਫਿਰ ਤੋਂ 1 ਫੰਦਾ ਸਿੱਧਾ, 3 ਫੰਦਿਆਂ ਦਾ ਅਸੀਂ 1 ਫੰਦਾ ਬਣਾਇਆ। ਪੂਰੀ ਰੋ ਅਸੀਂ ਇਸ ਤਰ੍ਹਾਂ ਕਰਦੇ ਜਾਵਾਂਗੇ ਜੀ। ਦੇਖੀ, 2 ਸਿਲਾਈਆਂ ਸਾਡੀਆਂ ਇਹਦੇ ਨਾਲ ਕੰਪਲੀਟ ਹੋ ਗਈਆਂ। ਹੁਣ ਅਸੀਂ ਰਾਈਟ ਸਾਈਡ ਆ ਗਏ ਜੀ ਡਿਜ਼ਾਇਨ ਦੀ, 3rd ਰੋ। 1 ਫੰਦਾ ਅਸੀਂ ਉਲਟਾ ਬਣਾਉਣਾ, ਬੂਲ ਨੂੰ ਪਿੱਛੇ ਲੈ ਕੇ, ਜੋ ਅਸੀਂ 3 ਫੰਦਿਆਂ ਤੋਂ 1 ਫੰਦਾ ਬਣਾਇਆ, ਇਹ ਫੰਦਾ ਇਸ ਤਰ੍ਹਾਂ ਅਸੀਂ ਸਲਿੱਪ ਕਰ ਲੈਣਾ। 1 ਫੰਦਾ ਉਲਟਾ ਬੁਣਿਆ,
ਇਹ ਫੰਦਾ ਸਲਿੱਪ ਕੀਤਾ, ਇੱਕ ਫੰਦਾ ਉਲਟਾ ਬੁਨਿਆ, ਇਹ ਫੰਦਾ ਸਲਿੱਪ ਕੀਤਾ। ਪੂਰੀ ਰੋ ਸਾਡੀ ਇਸ ਤਰ੍ਹਾਂ ਹੀ ਜਾਏਗੀ ਜੀ, ਜੋ ਫੰਦਾ ਸੀ ਉਲਟਾ ਬੁਨਿਆ, ਉਹਨੂੰ ਉਲਟਾ ਦਿਖਾਈ ਦੇ ਰਿਹਾ, ਉਲਟਾ ਬਣਾਉਣਾ, ਜੋ ਤਿੰਨ ਤੋਂ ਇੱਕ ਬਣਾਇਆ ਉਹ ਅਸੀਂ ਇਸ ਤਰ੍ਹਾਂ ਸਲਿੱਪ ਕਰਦੇ ਜਾਵਾਂਗੇ। ਹੁਣ ਸਾਡੀਆਂ ਤਿੰਨ ਸਿਲਾਈਆਂ ਪੈ ਗਈਆਂ ਨੇ, ਹੁਣ ਅਸੀਂ ਬੈਕ ਸਾਈਡ ਆ ਗਏ ਜੀ ਡਿਜ਼ਾਇਨ ਦੀ। ਫੋਰਥ ਰੋ ਵਿੱਚ ਅਸੀਂ ਕੀ ਕਰਨਾ, ਸਾਡੇ ਜਿੰਨੇ ਵੀ ਫੰਦੇ ਹੋਣਗੇ ਅਸੀਂ ਸਾਰੇ ਇਸ ਤਰ੍ਹਾਂ ਸੈਕਿੰਡ ਕਲਰ ਨਾਲ ਉਲਟੇ ਉਲਟੇ ਬਣਾਵਾਂਗੇ। ਬੈਕ ਸਾਈਡ ਤੋਂ ਸਾਡਾ ਕਲਰ ਚੇਂਜ ਹੋਏਗਾ ਜੀ, ਹਰ ਚਾਰ ਸਿਲਾਈਆਂ ਬਾਅਦ ਸਾਡਾ ਕਲਰ ਚੇਂਜ ਹੋਏਗਾ। ਦੇਖੀ ਬੈਕ ਸਾਈਡ ਤੋਂ ਅਸੀਂ ਆਪਣਾ ਇਹ ਫਸਟ ਕਲਰ ਲੈ ਲਿਆ, ਪੂਰੀ ਸਿਲਾਈ ਇਸ ਤਰ੍ਹਾਂ ਉਲਟੀ ਉਲਟੀ ਪਾ ਲਈਏ। ਹੁਣ ਅਸੀਂ ਫਿਰ ਤੋਂ ਆਪਣਾ ਡਿਜ਼ਾਇਨ ਸਟਾਰਟ ਕਰਾਂਗੇ। ਦੇਖੀ ਪਹਿਲਾ ਫੰਦਾ ਉਲਟਾ ਬੂਲ ਨੂੰ ਪਿੱਛੇ ਲੈ ਕੇ ਗਏ, ਫਿਰ ਤੋਂ ਇਹ ਫੰਦਾ ਛੱਡ ਕੇ ਇਸ 'ਤੇ ਅੱਗੋਂ ਦੀ ਅਸੀਂ ਇਸ ਤਰ੍ਹਾਂ ਸਿਲਾਈ ਪਾਉਣੀ ਆ, ਜਿਸ ਤਰ੍ਹਾਂ ਆਪਣੀ ਸੈਕਿੰਡ ਰੋ ਬਣਾਈ ਸੀ। ਦੇਖੀ ਫਿਰ ਤੋਂ ਇੱਕ ਤੋਂ ਅਸੀਂ ਤਿੰਨ ਫੰਦੇ ਬਣਾਵਾਂਗੇ। ਇੱਕ ਫੰਦਾ ਸਾਡਾ ਉਲਟਾ ਜਾਏਗਾ ਬੂਲ ਪਿੱਛੇ, ਇਹ ਫੰਦੇ 'ਤੇ ਅੱਗੋਂ ਦੀ ਅਸੀਂ ਇਸ ਤਰ੍ਹਾਂ ਸਿਲਾਈ ਪਾਉਣੀ ਆ, ਬਲ ਦਿੱਤਾ, ਇੱਕ ਤੋਂ ਅਸੀਂ ਤਿੰਨ ਫੰਦੇ ਬਣਾਏ। ਦੇਖੀਏ ਇਹੀ ਦੋ ਫੰਦੇ ਫਿਰ ਤੋਂ ਅਸੀਂ ਰਿਪੀਟ ਕਰਦੇ ਜਾਵਾਂਗੇ ਜੀ ਪੂਰੀ ਰੋ ਵਿੱਚ। ਬਹੁਤ ਹੀ ਆਸਾਨ ਔਰ ਫਟਾਫਟ ਬਣਦਾ ਫਰੈਂਡਸ ਇਹ ਡਿਜ਼ਾਇਨ। ਪੂਰੀ ਰੋ ਸਾਡੀ ਇਸ ਤਰ੍ਹਾਂ ਕੰਪਲੀਟ ਹੋਏਗੀ ਜੀ, ਸਾਡੇ ਜਿੰਨੇ ਵੀ ਫੰਦੇ ਨੇ, ਇੱਕ ਤੋਂ ਅਸੀਂ ਤਿੰਨ ਬਣਾਉਣਾ, ਇੱਕ ਫੰਦਾ ਉਲਟਾ, ਇਹ ਅਸੀਂ ਇਸ ਤਰ੍ਹਾਂ ਉਲਟਾ ਬੁਣਿਆ। ਹੁਣ ਅਸੀਂ ਬੈਕ ਸਾਈਡ ਆ ਗਏ ਜੀ, ਜੋ ਫੰਦਾ ਉਸ ਸਾਈਡ ਤੋਂ ਉਲਟਾ ਇਸ ਸਾਈਡ ਤੋਂ ਸਿੱਧਾ ਜਾਏਗਾ, ਤਿੰਨ ਦਾ ਅਸੀਂ ਇੱਕ ਬਣਾ ਲੈਣਾ, ਬੂਲ ਪਿੱਛੇ ਲੈ ਕੇ ਗਿਆ, ਇੱਕ ਫੰਦਾ ਸਿੱਧਾ, ਤਿੰਨ ਦਾ ਅਸੀਂ ਇੱਕ ਬਣਾ ਦੇ। ਇਹੀ ਹੈ ਸਾਡੇ ਫੰਦੇ ਰਿਪੀਟ ਹੋਣਗੇ, ਇੱਕ ਫੰਦਾ ਸਿੱਧਾ, ਤਿੰਨ ਦਾ ਇੱਕ, ਇੱਕ ਸਿੱਧਾ, ਤਿੰਨ ਦਾ ਇੱਕ। ਸਿਰਫ ਸਾਡਾ ਕਲਰ ਚੇਂਜ ਹੋਇਆ ਜੀ, ਲੇਕਿਨ ਪੈਟਰਨ ਸਿਰਫ ਉਹੀ ਹੈ। ਪੈਟਰਨ ਸਿਰਫ ਚਾਰ ਸਿਲਾਈਆਂ ਦੀ ਹੈ ਜੀ, ਅਗਰ ਅਸੀਂ ਕਲਰ ਚੇਂਜ ਕਰਾਂਗੇ ਤਾਂ ਇਹ ਟੋਟਲ 8 ਸਿਲਾਈਆਂ ਬਣ ਜਾਣਗੀਆਂ। ਦੇਖੀਏ 7 ਸਿਲਾਈਆਂ ਸਾਡੀਆਂ ਪੂਰੀਆਂ ਹੋ ਗਈਆਂ, ਹੁਣ 7th ਰੋ ਰਾਈਟ ਸਾਈਡ। ਹੁਣ ਅਸੀਂ ਕੀ ਕਰਨਾ, ਇੱਕ ਫੰਦਾ ਉਲਟਾ, ਇਹ ਫੰਦਾ ਅਸੀਂ ਸਲਿੱਪ ਕਰਾਂਗੇ, ਇਹਨੂੰ ਇਸ ਤਰ੍ਹਾਂ ਹੀ ਉਤਾਰ ਲਿਆ, ਬੂਲ ਅੱਗੇ ਲੈ ਕੇ ਆਏ, ਇੱਕ ਫੰਦਾ ਉਲਟਾ, ਫਿਰ ਤੋਂ ਇੱਕ ਸਲਿੱਪ ਕੀਤਾ, ਇੱਕ ਫੰਦਾ ਅਸੀਂ ਉਲਟਾ ਬੁਣਿਆ, ਇੱਕ ਫੰਦਾ ਸਲਿੱਪ ਕੀਤਾ, ਇੱਕ ਫਿਰ ਤੋਂ ਇਹ ਅਸੀਂ ਉਲਟਾ ਬੁਣਿਆ। ਸਾਡੀਆਂ ਇਹ 8 ਸਿਲਾਈਆਂ ਪੈ ਗਈਆਂ ਜੀ, ਇਹੀ 8 ਸਿਲਾਈਆਂ ਅਸੀਂ ਅੱਗੇ ਅੱਗੇ ਰਿਪੀਟ ਕਰਦੇ ਜਾਵਾਂਗੇ। ਫਿਰ ਤੋਂ ਬੈਕ ਸਾਈਡ ਤੋਂ ਸਾਡੀ ਇਹ ਫਸਟ ਰੋ ਇਹ ਵਾਲਾ ਸੈਕਿੰਡ ਕਲਰ ਲੱਗੇਗਾ, ਔਰ ਫਸਟ ਰੋ ਫਿਰ ਤੋਂ ਇੱਥੇ ਰਿਪੀਟ ਹੋਏਗੀ। ਅੱਗੇ ਅੱਗੇ ਬਣਾਵਾਂਗੇ ਤਾਂ ਇਹ ਡਿਜ਼ਾਇਨ ਇਸ ਤਰ੍ਹਾਂ ਬਣੇਗਾ।